ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਮੈਂ ਸਿਮਰਨ ਫੈਕਟ ਇਸ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ ਦੋਸਤੋ ਗੱਲ ਕਰਦੇ ਹਾਂ ਬਾਲੀਵੁੱਡ ਐਕਟਰੈਸ ਅਦਿਤੀ ਰਾਓ ਹੈਦਰੀ ਦੀ ਅਦਿਤੀ ਰਾਓ ਹੈਦਰੀ ਜਿਨ੍ਹਾਂ ਨੂੰ ਹਾਲ ਫਿਲਹਾਲ ਹੀ ਲਾਈਮਲਾਈਟ ਲੁੱਟ ਦੇ ਵੇਖਿਆ ਗਿਆ ਸੀ ਉਹਨਾਂ ਦੀ ਸੀਰੀਜ਼ ਤਾਜ ਦੇ ਵਿੱਚ ਵੈਲ ਇਸ ਸੀਰੀਜ਼ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਖੂਬ ਵਾਹਵਾਹੀ ਬਟੋਰੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਾਲ ਫਿਲਹਾਲ ਹੀ ਉਹ ਕਾਂਸ ਦੇ ਰੈੱਡ ਕਾਰਪੇਟ ਦੇ ਉੱਤੇ ਆਪਣਾ ਜਲਵਾ ਬਿਖੇਰਦੀ ਦਿਖਾਈ ਦਿੱਤੀ ਵੈਲ ਬਲੂ ਡਰੈਸ ਦੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਦਿਤੀ ਰਾਓ ਹੈਦਰੀ 76th ਕਾਂਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ਤੇ ਸਿਤਾਰਿਆਂ ਦੀ ਭਰਮਾਰ ਹੈ 16 ਮਈ ਤੋਂ ਸ਼ੁਰੂ ਹੋਏ ਕਾਂਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਦੀਆਂ ਕਈ ਖੂਬਸੂਰਤ ਹਸਤੀਆਂ ਇਸ ਦੇ ਹਿੱਸਾ ਬਣੀਆਂ ਦਿਖਾਈ ਦਿੱਤੀਆਂ ਹੁਣ ਇਸ ਫਿਲਮ ਫੈਸਟੀਵਲ ਦੇ ਵਿੱਚ ਅਦਿਤੀ ਰਾਓ ਹੈਦਰੀ ਬਲੂ ਆਸਕਰ ਡੇ ਲਾ ਰੇਟਾ ਗਾਊਨ ਪਹਿਨ ਪਹੁੰਚੀ ਜਿਸ ਤੋਂ ਬਾਅਦ ਅਦਿਤੀ ਰਾਓ ਹੈਦਰੀ ਦੀ ਖੂਬ ਵਾਹਵਾਹੀ ਹੋ ਰਹੀ ਹੈ ਵੈਲ ਖੂਬ ਸੁਰਖੀਆਂ ਬਟੋਰਦੀ ਦਿਖਾਈ ਦਿੱਤੀ ਅਦਿਤੀ ਰਾਓ ਹੈਦਰੀ ਬਲੂ ਗਾਊਨ ਦੇ ਵਿੱਚ ਇਸ ਗਾਊਨ ਦੇ ਵਿੱਚ ਐਕਟਰੈਸ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ ਉਸਨੇ ਇਸ ਗਾਊਨ 'ਚ ਆਪਣੀ ਕਾਂਸ ਦੇ ਰੈੱਡ ਕਾਰਪੇਟ 'ਤੇ ਮੌਜੂਦਗੀ ਨੂੰ ਖਾਸ ਬਣਾਇਆ ਅਦਿਤੀ ਰਾਓ ਹੈਦਰੀ ਬਲੂ ਗਾਊਨ ਪਹਿਨ ਕੇ ਕਾਂਸ ਦੇ ਰੈੱਡ ਕਾਰਪੇਟ 'ਤੇ ਪਹੁੰਚੀ ਇਸ ਨੀਲੇ ਰੰਗ ਦੇ ਗਾਊਨ ਦਾ ਫਰੰਟ ਅਪਰ ਸਿਲਵਰ ਸੀ ਇਸ ਦੇ ਨਾਲ ਹੀ ਅਦਿਤੀ ਨੇ ਇਸ ਲੁੱਕ ਨਾਲ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਇਸ ਦੇ ਨਾਲ ਹੀ ਅਦਿਤੀ ਦੀ ਹੀਲਸ ਇਸ ਤੋਂ ਲੈ ਕੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਵਾਈਟ ਹਾਈ ਹੀਲਸ ਵਿੱਚ ਵਰਕ ਕੀਤਾ ਦਿਖਾਈ ਦੇ ਰਿਹਾ ਹੈ ਜੋ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ ਕੁੱਲ ਮਿਲਾ ਕੇ ਅਦਿਤੀ ਦੇ ਫੈਨਸ ਉਹਨਾਂ ਦੀ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਨੇ ਕਾਂਸ ਫਿਲਮ ਫੈਸਟੀਵਲ 16 ਮਈ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ 27 ਮਈ ਤੱਕ ਚੱਲੇਗਾ ਇਸ ਫਿਲਮ ਫੈਸਟੀਵਲ 'ਚ ਐਸ਼ਵਰਿਆ ਰਾਏ ਬੱਚਨ ਸਾਰਾ ਅਲੀ ਖਾਨ ਆਲੀਆ ਭੱਟ ਉਰਵਸ਼ੀ ਰੋਤੇਲਾ ਸਨੀ ਲਿਓਨੀ ਈਸ਼ਾ ਗੁਪਤਾ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਸਾਰੇ ਹੀ ਸਲਬਸ ਨੇ ਆਪਣੇ ਵੱਖੋ ਵੱਖਰੇ ਲੁਕਸ ਦੇ ਨਾਲ ਖੂਬ ਜਲਵਾ ਬਿਖੇਰਿਆ ਹਾਲਾਂਕਿ ਇਸ ਫੈਸਟ ਨੂੰ ਖਤਮ ਹੋਣ ਦੇ ਵਿੱਚ ਅਜੇ 3 ਦਿਨ ਬਾਕੀ ਨੇ ਅਜਿਹੇ 'ਚ ਫੈਨਸ ਕੁਝ ਹੋਰ ਸਲਬਸ ਨੂੰ ਰੈੱਡ ਕਾਰਪੇਟ 'ਤੇ ਦੇਖ ਸਕਦੇ ਨੇ ਅਦਿਤੀ ਰਾਓ ਹੈਦਰੀ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਪਦਮਾਵਤ ਮਰਡਰ 3 ਭੂਮੀ ਵਜ਼ੀਰ ਅਜੀਬ ਦਾਸਤਾਂ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ ਬਾਲੀਵੁੱਡ ਤੋਂ ਇਲਾਵਾ ਅਦਿਤੀ ਨੇ ਸਾਊਥ ਦੀਆਂ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹਾਲ ਹੀ ਦੇ ਵਿੱਚ ਉਹ ਸੀਰੀਜ਼ ਤਾਜ਼ ਦੇ ਵਿੱਚ ਨਜ਼ਰ ਆਈ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਕਿਰਦਾਰ ਨਾਲ ਖੂਬ ਵਾਹਵਾਹੀ ਬਟੋਰੀ ਹੁਣ ਜਲਦ ਹੀ ਉਹ ਸੰਜੂ ਲੀਲਾ ਬੰਸਾਲੀ ਦੀ ਫਿਲਮ ਹੀਰਾ ਮੰਡੀ ਵਿੱਚ ਅਹਿਮ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਮੈਂ ਸਿਮਰਨ ਫੈਕਟ ਇਸ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ ਦੋਸਤੋ ਗੱਲ ਕਰਦੇ ਹਾਂ ਬਾਲੀਵੁੱਡ ਐਕਟਰੈਸ ਅਦਿਤੀ ਰਾਓ ਹੈਦਰੀ ਦੀ ਅਦਿਤੀ ਰਾਓ ਹੈਦਰੀ ਜਿਨ੍ਹਾਂ ਨੂੰ ਹਾਲ ਫਿਲਹਾਲ ਹੀ ਲਾਈਮਲਾਈਟ ਲੁੱਟਦੇ ਵੇਖਿਆ ਗਿਆ ਸੀ ਉਹਨਾਂ ਦੀ ਸੀਰੀਜ਼ ਤਾਜ ਦੇ ਵਿੱਚ ਵੈਲ ਇਸ ਸੀਰੀਜ਼ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਖੂਬ ਵਾਹਵਾਹੀ ਬਟੋਰੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਾਲ ਫਿਲਹਾਲ ਹੀ ਉਹ ਕਾਂਸ ਦੇ ਰੈੱਡ ਕਾਰਪੇਟ ਦੇ ਉੱਤੇ ਆਪਣਾ ਜਲਵਾ ਬਿਖੇਰਦੀ ਦਿਖਾਈ ਦਿੱਤੀ ਵੈਲ ਬਲੂ ਡਰੈਸ ਦੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਦਿਤੀ ਰਾਓ ਹੈਦਰੀ 76th ਕਾਂਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਸਿਤਾਰਿਆਂ ਦੀ ਭਰਮਾਰ ਹੈ 16 ਮਈ ਤੋਂ ਸ਼ੁਰੂ ਹੋਏ ਕਾਂਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਦੀਆਂ ਕਈ ਖੂਬਸੂਰਤ ਹਸਤੀਆਂ ਇਸ ਦੇ ਹਿੱਸਾ ਬਣੀਆਂ ਦਿਖਾਈ ਦਿੱਤੀਆਂ ਹੁਣ ਇਸ ਫਿਲਮ ਫੈਸਟੀਵਲ ਦੇ ਵਿੱਚ ਅਦਿਤੀ ਰਾਓ ਹੈਦਰੀ ਬਲੂ ਆਸਕਰ ਡੇ ਲਾ ਰੇਟਾ ਗਾਊਨ ਪਹਿਨ ਪਹੁੰਚੀ ਜਿਸ ਤੋਂ ਬਾਅਦ ਅਦਿਤੀ ਰਾਓ ਹੈਦਰੀ ਦੀ ਖੂਬ ਵਾਹਵਾਹੀ ਹੋ ਰਹੀ ਹੈ ਵੈਲ ਖੂਬ ਸੁਰਖੀਆਂ ਬਟੋਰਦੀ ਦਿਖਾਈ ਦਿੱਤੀ ਅਦਿਤੀ ਰਾਓ ਹੈਦਰੀ ਬਲੂ ਗਾਊਨ ਦੇ ਵਿੱਚ ਇਸ ਗਾਊਨ ਦੇ ਵਿੱਚ ਐਕਟਰੈਸ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ ਉਸਨੇ ਇਸ ਗਾਊਨ 'ਚ ਆਪਣੀ ਕਾਂਸ ਦੇ ਰੈੱਡ ਕਾਰਪੇਟ 'ਤੇ ਮੌਜੂਦਗੀ ਨੂੰ ਖਾਸ ਬਣਾਇਆ ਅਦਿਤੀ ਰਾਓ ਹੈਦਰੀ ਬਲੂ ਗਾਊਨ ਪਹਿਨ ਕੇ ਕਾਂਸ ਦੇ ਰੈੱਡ ਕਾਰਪੇਟ 'ਤੇ ਪਹੁੰਚੀ ਇਸ ਨੀਲੇ ਰੰਗ ਦੇ ਗਾਊਨ ਦਾ ਫਰੰਟ ਅਪਰ ਸਿਲਵਰ ਸੀ ਇਸ ਦੇ ਨਾਲ ਹੀ ਅਦਿਤੀ ਨੇ ਇਸ ਲੁੱਕ ਨਾਲ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਇਸ ਦੇ ਨਾਲ ਹੀ ਅਦਿਤੀ ਦੀ ਹੀਲਸ ਇਸ ਤੋਂ ਲੈ ਕੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਵਾਈਟ ਹਾਈ ਹੀਲਸ ਵਿੱਚ ਵਰਕ ਕੀਤਾ ਦਿਖਾਈ ਦੇ ਰਿਹਾ ਹੈ ਜੋ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ ਕੁੱਲ ਮਿਲਾ ਕੇ ਅਦਿਤੀ ਦੇ ਫੈਨਸ ਉਹਨਾਂ ਦੀ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਨੇ ਕਾਂਸ ਫਿਲਮ ਫੈਸਟੀਵਲ 16 ਮਈ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ 27 ਮਈ ਤੱਕ ਚੱਲੇਗਾ ਇਸ ਫਿਲਮ ਫੈਸਟੀਵਲ 'ਚ ਐਸ਼ਵਰਿਆ ਰਾਏ ਬੱਚਨ ਸਾਰਾ ਅਲੀ ਖਾਨ ਆਲੀਆ ਭੱਟ ਉਰਵਸ਼ੀ ਰੋਤੇਲਾ ਸਨੀ ਲਿਓਨੀ ਈਸ਼ਾ ਗੁਪਤਾ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਸਾਰੇ ਹੀ ਸਲਬਸ ਨੇ ਆਪਣੇ ਵੱਖੋ ਵੱਖਰੇ ਲੁਕਸ ਦੇ ਨਾਲ ਖੂਬ ਜਲਵਾ ਬਿਖੇਰਿਆ ਹਾਲਾਂਕਿ ਇਸ ਫੈਸਟ ਨੂੰ ਖਤਮ ਹੋਣ ਦੇ ਵਿੱਚ ਅਜੇ 3 ਦਿਨ ਬਾਕੀ ਨੇ ਅਜਿਹੇ 'ਚ ਫੈਨਸ ਕੁਝ ਹੋਰ ਸਲਬਸ ਨੂੰ ਰੈੱਡ ਕਾਰਪੇਟ 'ਤੇ ਦੇਖ ਸਕਦੇ ਨੇ ਅਦਿਤੀ ਰਾਓ ਹੈਦਰੀ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਪਦਮਾਵਤ ਮਰਡਰ 3 ਭੂਮੀ ਵਜ਼ੀਰ ਅਜੀਬ ਦਾਸਤਾਂ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ ਬਾਲੀਵੁੱਡ ਤੋਂ ਇਲਾਵਾ ਅਦਿਤੀ ਨੇ ਸਾਊਥ ਦੀਆਂ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹਾਲ ਹੀ ਦੇ ਵਿੱਚ ਉਹ ਸੀਰੀਜ਼ ਤਾਜ਼ ਦੇ ਵਿੱਚ ਨਜ਼ਰ ਆਈ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਕਿਰਦਾਰ ਨਾਲ ਖੂਬ ਵਾਹਵਾਹੀ ਬਟੋਰੀ ਹੁਣ ਜਲਦ ਹੀ ਉਹ ਸੰਜੂ ਲੀਲਾ ਬੰਸਾਲੀ ਦੀ ਫਿਲਮ ਹੀਰਾ ਮੰਡੀ ਵਿੱਚ ਅਹਿਮ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ